ਸਾਂਝੀ ਸੰਘਰਸ਼ ਕਮੇਟੀ ਸਬ ਡਿਵੀਜ਼ਨ ਅਬੁਲ ਖੁਰਾਣਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਅਰਥੀ ਸਾੜ ਕੇ ਰੈਲੀ ਕੀਤੀ। ਪ੍ਰਧਾਨ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਬਿਜਲੀ ਕਾਮਿਆਂ ਦੀ ਜਾਇਜ਼ ਮੰਗ ਮੰਨ ਕੇ ਮੁਕਰ ਰਹੀ ਹੈ। ਮੰਗਾਂ ਲਾਗੂ ਕਰਵਾਉਣ ਲਈ ਬਿਜਲੀ ਕਾਮੇ 4/9/2019 ਨੂੰ ਇੱਕ ਰੋਜ਼ਾ ਹੜਤਾਲ ਕਰਨਗੇ। ਪਾਰਟ ਟਾਈਮ ਸਵੀਪਰਾਂ ਨੂੰ ਰੈਗੂਲਰ ਕੀਤਾ ਜਾਵੇ। ਜੇਕਰ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਲਾਗੂ ਨਹੀਂ ਕਰਦੀ ਤਾਂ ਬਿਜਲੀ ਕਾਮੇ ਸੰਘਰਸ਼ ਹੋਰ ਤੇਜ਼ ਕਰਨਗੇ। ਅਬਲ ਖਾਨਾ ਦੀ ਸਾਂਝੀ ਸੰਘਰਸ਼ ਕਮੇਟੀ ਦੇ ਬਿਜਲੀ ਕਾਮਿਆਂ ਨੇ ਅੱਜ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਅਰਥੀ ਸਾੜ ਰੈਲੀ ਕਰਕੇ ਆਪਦਾ ਰੋਸ ਪ੍ਰਗਟਾਇਆ, ਕਿਉਂਕਿ ਸਰਕਾਰਾਂ ਅਤੇ ਮੈਨੇਜਮੈਂਟਾਂ ਢੀਠ ਹੋ ਚੁੱਕੀਆਂ। ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨ ਕੇ ਜਿਹੜੀਆਂ ਵਾਰ ਵਾਰ ਮੁੱਕਰ ਜਾਂਦੀਆਂ, ਉਹਨਾਂ ਨੂੰ ਮਨਾਉਣ ਵਾਸਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਊ, ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨੀਆਂ ਜਾਣ। ਨਹੀਂ ਤਾਂ 4 ਤਰੀਕ ਨੂੰ 4/9 ਨੂੰ ਇੱਕ ਰੋਜ਼ਾ ਹੜਤਾਲ ਕਰਕੇ ਬਿਜਲੀ ਬੋਰਡ ਦਾ ਕੰਮ ਠੱਪ ਕੀਤਾ ਜਾਊਗਾ। ਅੱਜ ਬਿਜਲੀ ਬੋਰਡ ਔਲਖਾਣਾ ਸਾਹਿਬ ਡਿਵੀਜ਼ਨ ਦੇ ਵਿੱਚ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਆਪਸੀ ਫੂਕ ਮੁਜ਼ਾਹਰਾ ਕੀਤਾ ਗਿਆ। ਇਹ ਜਿਹੜੀ ਰੈਲੀ ਹੈ ਇਹ ਸਾਡੇ ਮੁਲਾਜ਼ਮਾਂ ਨੂੰ ਕੱਚੇ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਕੀਤੀ ਗਈ ਹੈ ਅਤੇ ਹੋਰ ਮੰਗਾਂ ਵਾਸਤੇ ਇਹ ਰੈਲੀ ਹੈ ਜਿਹੜੀ ਕੀਤੀ ਗਈ ਹੈ। ਇਸ ਦੇ ਸੰਬੰਧ ਵਿੱਚ ਅਸੀਂ 4 ਤਰੀਕ ਨੂੰ ਹੜਤਾਲ ਕਰਨ ਜਾ ਰਹੇ ਹਾਂ ਰੋਸ ਵਜੋਂ। ਇਸ ਮੌਕੇ ਹਾਜ਼ਰ ਪ੍ਰਧਾਨ ਜਗਰੂਪ ਸਿੰਘ, ਪ੍ਰਧਾਨ PSC ਇੰਪਲੋਇਜ਼ ਫੈਡਰੇਸ਼ਨ ਡਿਵੀਜ਼ਨ ਮਲੋਟ, ਰਾਮ ਤੇਜ, ਪ੍ਰਧਾਨ ਸੀਡ ਅਬੁਲ ਖੁਰਾਣਾ, ਭਾਰਤ ਭੂਸ਼ਣ ਆਦਿ ਹਾਜ਼ਰ ਸਨ। ਮਲੋਟ ਤੋਂ ਪਵਨ ਸਿੰਘ ਦੀ ਰਿਪੋਰਟ।